ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ, ਹੁਣ ਸਮਾਂ ਤੁਹਾਡੀ ਫੋਨ ਕਾਲਸ ਲੈਣ ਦਾ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਤੁਸੀਂ ਕੀ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਹਰਕੀਰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਭੋਗਲ ਬੋਲ ਰਿਹਾ ਯੂਕੇ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਜੀ, ਕੀ ਕਹਿਣਾ ਚਾਹੋਗੇ? ਇਹ ਵਿਸ਼ਾ ਤਾਂ ਬਹੁਤ ਵੱਡਾ ਆ ਹਰਕੀਰਤ ਸਿੰਘ ਜੀ, ਜਿਹੜੇ ਡਾਕਟਰ ਸਾਹਿਬ ਤੁਹਾਡੇ ਗੈਸਟ ਆਏ ਸੀਗੇ ਨਾ ਜੀ ਜੀ ਜੀ, ਇਹਨਾਂ ਦੀਆਂ ਗੱਲਾਂ ਸੁਣੀਆਂ ਅਤੇ ਤੁਹਾਡੇ ਸਵਾਲ ਸਵਾਲ ਵੀ ਤੁਹਾਡੇ ਸੁਣੇ ਉਹਨਾਂ ਦੇ, ਅਤੇ ਕਹਿਣ ਨੂੰ ਬੜਾ ਕੁਝ ਆ, ਅਤੇ ਲੇਕਿਨ ਮੋਟੀ ਮੋਟੀ ਗੱਲ ਕਰੀਏ ਜੇ, ਅਤੇ ਇਹ ਕਹਿੰਦੇ ਸੀ ਵੀ ਮੋਦੀ ਸਾਹਿਬ ਜਿਹੜੇ ਨੇ ਉਹ ਬੜੇ ਵਚਨਬੱਧ ਨੇ, ਅਤੇ ਸਾਰਿਆਂ ਦੁਨੀਆਂ ਨੇ, ਸਾਰੀ ਦੁਨੀਆਂ ਨੇ ਟੀ ਵੀ 'ਤੇ ਦੇਖਿਆ ਵੀ ਇਹ ਜਿਵੇਂ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਸਿੱਖ ਭਾਈ ਭਾਈ ਆ, ਵੀ ਵੀ ਸਿੱਖਾਂ ਦੀ ਦਸਤਾਰ ਇਹਨੇ 5 ਸਕਿੰਟ ਵਿੱਚ ਲਾ ਕੇ ਉਹ ਮਾਰੀ ਜੀ ਜੀ ਜੀ। ਸਾਰੀ ਸਾਰੀ ਦੁਨੀਆਂ ਨੇ ਦੇਖਿਆ ਵੀ ਜਿਹੜੀ ਦਸਤਾਰ ਦਾ ਇੰਨਾ ਇਹਨੇ ਅਪਮਾਨ ਕੀਤਾ ਜੀ ਜੀ। ਭਾਈ ਜੇ ਭਾਈ ਆ ਤਾਂ ਭਾਈ ਦੀ ਦਸਤਾਰ ਦਾ ਇਸ ਤਰ੍ਹਾਂ ਅਪਮਾਨ ਨਹੀਂ ਹੋਣਾ ਚਾਹੀਦਾ ਸੀ, ਇੱਥੋਂ ਇਹ ਗੱਲ ਝੂਠ ਸਾਬਤ ਹੁੰਦੀ ਆ। ਨੰਬਰ 2 ਵੀ ਜੇ ਭਾਈ ਭਾਈ ਇਹ ਕਹਿੰਦੇ ਨੇ ਬਚਨਬੱਧ, ਭਾਈ ਭਾਈ ਆ ਸਿੱਖ ਅਸੀਂ, ਤਾਂ ਜਿਹੜਾ ਉਹਨਾਂ ਦੇ ਭਾਈ ਦਾ ਜਿਹੜਾ ਅਕਾਲ ਤਖ਼ਤ ਆ ਦਰਬਾਰ ਸਾਹਿਬ ਆ, ਜਿਹੜਾ ਦੁਨੀਆਂ ਨੂੰ ਜੁੱਫੀ ਦੇ ਵਿੱਚ ਲੈਂਦਾ ਆ, ਸਾਰੀ ਮਨੁੱਖਤਾ ਨੂੰ ਬਰਾਬਰਤਾ ਦਿੰਦਾ ਆ, ਸਾਰਿਆਂ ਨੂੰ ਇੱਕੋ ਜਿਹੇ ਹੱਕ ਦੇਣ ਦਾ ਹਾਮੀ ਆ, ਤੇ ਉਹਦੇ ਤੇ ਏਡਾ ਵੱਡਾ ਹਮਲਾ, ਏਦਾਂ ਦੇ ਹਥਿਆਰ ਚਲਾਏ ਗਏ ਕਿ ਸੈਕੰਡ ਵਰਲਡ ਵਾਰ ਵਿੱਚ ਵੀ ਨਹੀਂ ਵਰਤੇ ਗਏ ਜੀ ਜੀ ਜੀ। ਇੱਥੋਂ ਇਹ ਵੀ ਸਾਬਤ ਹੁੰਦਾ ਫਿਰ ਝੂਠ ਨੰਬਰ 2 ਜੀ। ਨੰਬਰ 3 ਝੂਠ ਨੰਬਰ 3 ਆ, ਮੋਦੀ ਸਾਹਿਬ ਪਿੱਛੇ ਜਦ 2-3 ਸਾਲ ਹੋਏ ਆਏ ਸੀ ਇੱਥੇ, ਤੇ ਉਹਨਾਂ ਨੇ ਡੋਸੀਆ ਦਿੱਤਾ ਗੌਰਮੈਂਟ ਨੂੰ, ਇੱਥੇ ਯੂਕੇ ਦੇ 2 ਗੁਰਦੁਆਰੇ ਨੇ, ਇਹਨਾਂ ਦੇ ਵਿੱਚ ਟੈਰਿਸਟ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਜੀ। ਜਦੋਂ ਤੁਸੀਂ, ਤੁਹਾਨੂੰ ਪਤਾ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਵੀ ਪਤਾ ਹੀ ਆ, ਮੈਂ ਤਾਂ ਬਾਕੀ ਵੀਰਾਂ ਨਾਲ ਗੱਲ ਕਰਦਾ, ਤੁਹਾਨੂੰ ਤਾਂ ਪਤਾ ਹੀ ਆ ਜੀ 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 ਜੀ। ਤੇ ਜਦੋਂ ਗੁਰਦੁਆਰਿਆਂ ਦੇ ਵਿੱਚ ਇਨਕੁਆਇਰੀ ਕੀਤੀ ਗਈ ਤੇ ਉੱਥੇ ਕੁਝ ਵੀ ਨਹੀਂ ਮਿਲਿਆ ਜੀ ਜੀ। ਇਹ ਝੂਠ ਨੰਬਰ 3 ਜੀ। ਤੇ ਝੂਠ ਨੰਬਰ 4 ਇਹ ਆ ਕਿ ਇਹ ਜਦੋਂ ਭਾਸ਼ਣ ਕਰਦੇ ਵੀ ਸਿੱਖ ਬੜੀ ਬਹਾਦਰ ਕੌਮ ਹੈ, ਸਿੱਖ ਯੇ ਹੈ, ਸਿੱਖ ਵੋ ਹੈ, ਔਰ ਦੂਸਰੇ ਦਿਨ ਜਿੱਥੇ ਕੋਈ ਸਿੱਖ ਇਕੱਲਾ ਹੱਥ ਆ ਜਾਂਦਾ ਤਾਂ ਉਹਦੀ ਦਸਤਾਰ ਦੀ ਬੇਅਦਬੀ ਕਰਦੇ, ਕਕਾਰਾਂ ਦੀ ਬੇਅਦਬੀ ਕਰਦੇ ਆ, ਮਾਰ ਕੁੱਟ ਹੁੰਦੀ ਆ, ਭਾਵ ਜਿਹੜੀ ਇੱਕ ਪਾਸੇ ਸਿੱਖ ਬਹਾਦਰ ਕੌਮ ਆ, ਦੂਜੇ ਦਿਨ ਜਿਹੜੀ ਤੇਲ ਦੇ ਦਿੰਦੇ ਨੇ ਜੀ 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 ਜੀ। ਉਦੋਂ ਬਾਅਦ ਨੰਬਰ ਗਿਣੀ ਜਾਣ, ਇਹ ਤਾਂ ਬਹੁਤ ਵੱਡਾ ਵਿਸ਼ਾ ਆ, 25B ਆਰਟੀਕਲ ਜਿਹੜੇ ਉਹਦੇ ਵਿੱਚ ਇੱਕ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਦੇ ਨੇ ਜੀ ਜੀ ਜੀ, ਜਦਕਿ ਸਾਰੀ ਦੁਨੀਆਂ ਮੰਨਦੀ ਹੈ ਕਿ ਸਿੱਖ ਇੱਕ ਵੱਖਰਾ ਧਰਮ ਆ, ਸਿੱਖ ਇੱਕ ਵੱਖਰੀ ਕੌਮ ਹੈ, ਜਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਕਲੀਅਰ ਕਰਤਾ ਵੀ ਨਾ ਹਮ ਹਿੰਦੂ ਨਾ ਮੁਸਲਮਾਨ ਜੀ ਜੀ। ਤੇ ਇਹਨਾਂ ਨੂੰ ਫਿਰ ਇਹਨਾਂ ਨੂੰ ਕੌਣ ਹੱਕ ਦਿੰਦਾ ਇਹ ਕਹਿਣ ਦਾ ਵੀ ਸਾਨੂੰ ਇਹ ਕਹਿਣ ਵੀ ਤੁਸੀਂ ਕੇਸਾਧਾਰੀ ਹਿੰਦੂ ਆ ਜੀ ਜੀ ਜੀ, ਠੀਕ ਆ ਨਾ ਜੀ। ਇਸ ਕਰਕੇ ਜਿਹੜਾ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਸਵਾਲ ਰੱਖੇ ਔਰ ਉਹੀ ਗੱਲਾਂ ਦੇ ਉੱਤੇ ਜਵਾਬ ਮੰਗਿਆ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਤੁਸੀਂ ਬਿਲਕੁਲ ਠੀਕ ਕੀਤਾ ਤੁਸੀਂ, ਬਾਕੀ ਹਰਕੀਰ ਸਿੰਘ ਜਿਹੜਾ ਆ ਜਿਹੜਾ 11 ਸਤੰਬਰ ਤੋਂ ਕਰਨ ਲੱਗੇ ਨੇ ਨਾ, ਪੇਜ ਸੁਣਵਾਈ ਹੋਏਗੀ ਕੋਰਟ ਦੇ ਵਿੱਚ ਜੀ ਜੀ ਜੀ। ਮੈਂ ਹਰਕੀਰਤ ਸਿੰਘ, ਮੈਂ ਆਪਣਾ ਪੱਖ ਰੱਖਦਾ, ਮੈਂ ਗਲਤ ਵੀ ਹੋ ਸਕਦਾ, ਤੇ ਜੇ ਕਿਉਂਕਿ ਜੇ 34 ਸਾਲ ਹੋ ਗਏ ਨੇ, ਜੇ ਇਹਨਾਂ ਨੇ ਇਨਸਾਫ਼ ਦੇਣਾ ਹੁੰਦਾ ਤਾਂ ਅੱਜ ਤੱਕ ਦੇ ਦਿੰਦੇ। ਇਹ ਸਿਰਫ ਮਸਲੇ ਨੂੰ ਲਟਕਾਉਣ ਦੀਆਂ ਗੱਲਾਂ ਨੇ, ਮਸਲੇ ਨੂੰ ਲਟਕਾਉਣ ਦੇ ਮਨਸੂਬੇ ਘੜੇ ਜਾ ਰਹੇ ਨੇ, ਹੋਰ ਕੁਝ ਨਹੀਂ। ਜੇਕਰ ਮੈਂ ਆ ਨਾਲ ਇਹ ਵੀ ਕਹਿਣਾ, ਕੋਈ ਕੱਲ ਨੂੰ ਮੈਨੂੰ ਕਹੇ ਨਾ, ਜੇਕਰ ਇਨਸਾਫ਼ ਮਿਲ ਗਿਆ, ਜੇਕਰ ਇਨਸਾਫ਼ ਮਿਲ ਗਿਆ ਤਾਂ ਮੈਂ ਕਹਾਂਗਾ ਇਹ ਕੋਈ ਚਮਤਕਾਰ ਹੋਇਆ, ਗੁਰੂ ਦੀ ਕਲਾ ਵਰਤੀ ਆ, ਨਹੀਂ ਤੇ ਆਸ ਕੋਈ ਨਹੀਂ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਆਸ ਕੋਈ ਨਹੀਂ ਹੈ। ਉਹ ਕਹਿ ਤਾਂ ਰਹੇ ਨੇ ਕਿ ਅਸੀਂ ਜਦ ਗਏ ਸੀ ਦਿੱਲੀ ਤਾਂ ਬੰਗਲਾ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਗਏ ਸੀ ਰਾਜਨਾਥ ਸਿੰਘ ਉਹਨਾਂ ਦੇ ਕੋਲ, ਉਹਨਾਂ ਨੇ ਪ੍ਰਸ਼ਾਦ ਛਕਿਆ ਸੀਗਾ। ਹੁਣ ਲੱਗਦਾ ਕਿ ਅਗਰ ਕੋਈ ਕੋਤਕ ਹੋਏ ਉਸ ਪ੍ਰਸ਼ਾਦ ਦੇ ਵਿੱਚ, ਇਹ ਫੈਸਲਾ ਅਗਰ ਕੋਈ ਸਿੱਖ ਕੌਮ ਦੇ ਲਈ ਆਏ ਤਾਂ ਬਹੁਤ ਅੱਛੀ ਗੱਲ ਹੈ। ਔਰ ਜਿਹੜਾ ਪ੍ਰਸ਼ਾਦ ਤੇ ਲੋ, ਪ੍ਰਸ਼ਾਦ ਤੇ ਰੋਜ਼ ਲੈਂਦੇ ਨੇ, ਗੁਰਦੁਆਰਾ ਸਾਹਿਬ ਸਾਰੀ ਦੁਨੀਆਂ ਵਾਸਤੇ ਖੋਲ੍ਹਾ, ਉੱਥੇ ਜਾਂਦੇ ਨੇ, ਲੰਗਰ ਛਕਦੇ ਨੇ, ਇਹ ਪ੍ਰਸ਼ਾਦ ਦਾ ਰੋ ਪ੍ਰਸ਼ਾਦ ਪ੍ਰਸ਼ਾਦ ਵੀ ਛਕਦੇ ਨੇ, ਪ੍ਰਸ਼ਾਦਾ ਵੀ ਛਕਦੇ ਨੇ ਜੀ ਜੀ। ਲੇਕਿਨ ਦੇਖਣ ਵਾਲੀ ਗੱਲ ਹੈ ਇਹਦੇ ਪਿੱਛੇ ਕੀ ਕਰਦੇ ਨੇ ਬਾਅਦ 'ਚ ਫਿਰ ਜੀ 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 ਜੀ। ਜਿਹੜੀ ਅਸਲੀ ਗੱਲ ਆ ਉਹ ਦੇਖੋ, ਉਹ ਪਿੱਛੇ ਫਿਰ ਕੀ ਕਰਦੇ ਨੇ ਜੀ 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 ਜੀ। ਦੁੱਖ ਵਾਲੀ ਤਾਂ ਇਹੋ ਗੱਲ ਆ ਨਾ, ਬਾਕੀ ਤਾਂ ਠੀਕ ਵਾ, ਜਦੋਂ ਬੋਲਦੇ ਨੇ ਮਿੱਠੇ ਵੀ ਬੋਲਦੇ ਨੇ, ਮਿੱਠਾ ਬੋਲਦੇ ਨੇ, ਸਭ ਕੁਛ ਕਰਦੇ ਨੇ, ਪ੍ਰਸ਼ਾਦ ਲੈਂਦੇ ਨੇ, ਪ੍ਰਸ਼ਾਦਾ ਛਕਦੇ ਨੇ, ਸਭ ਕੁਛ ਕਰਦੇ ਨੇ, ਬਹਾਦਰ ਵੀ ਕਹਿ, ਮੈਂ ਕਹਿ ਕੇ ਜਾਂਦੇ ਸਿੱਖਾਂ ਨੂੰ ਬਹਾਦਰ ਵੀ ਕਹਿੰਦੇ ਨੇ, ਭਾਈ ਭਾਈ ਵੀ ਕਹਿੰਦੇ ਨੇ ਜੀ ਜੀ। ਪਰ ਉਹੋ ਜਿਹਾ ਵਰਤਾਰਾ ਹੈ ਜੀ ਜੀ। ਇਹ ਵੀ ਸਵਾਲ ਤੁਸੀਂ ਕੁਐਸਚਨ ਮਾਰਕ ਰੱਖਿਆ ਸੀ, ਇਹ ਸਵਾਲ ਜਾਂ ਚਿੰਨ ਬਣਦਾ ਨਾ ਵੀ ਇਹ ਵਰਤਾ, ਜਿਸ ਤਰ੍ਹਾਂ ਇਹਨਾਂ ਦੀ ਕਹਿਣੀ ਤੇ ਕਰਨੀ ਇੱਕ ਹੈ ਸਵਾਲ, ਇਹ ਸਵਾਲ ਜਾਂ ਚਿੰਨ ਬਣਦਾ। ਚਲੋ ਮੈਂ ਕਿਹਾ ਭੋਗਲ ਜੀ, ਸਪਟੰਬਰ ਵੀ ਆ ਗਿਆ, ਬਸ ਹੁਣ 1 ਮਹੀਨਾ ਰਹਿ ਗਿਆ ਸਪਟੰਬਰ ਦੇ ਵਿੱਚ, ਉਹ ਵੀ ਆ ਗਿਆ, ਵੇਖ ਲੈਂਦੇ ਆ ਕਿ ਹੁਣ ਇਹ ਵੀ ਕੁਐਸਚਨ ਮਾਰਕ ਹੈ ਕਿ ਜਾਂ ਫਿਰ ਵਾਕਈ ਹੀ ਵਚਨਬੰਧ ਨੇ ਆਪਣੀ ਗੱਲਾਂ ਤੋਂ।
ਬਿਲਕੁਲ ਬਸ, ਕਿਉਂਕਿ ਮੈਂ ਜੇ ਆਪਣਾ ਪੱਖ ਰੱਖਦਾ ਪਰ ਜੇ ਹੋ ਗਿਆ, ਜੇ ਫੈਸਲਾ ਦੇਤਾ, ਇਹ ਇੱਕ ਚਮਤਕਾਰ ਹੋ ਗਿਆ ਗੁਰੂ ਦੀ ਕਲਾ ਵਰਤ ਗਈ। ਲੇਕਿਨ ਦੁਨੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਐਜ਼ ਏ ਕੌਮ ਕਿਸੇ ਨੂੰ ਆਸ ਕੋਈ ਨਹੀਂ। ਚਲੋ ਐ ਤਾਂ ਖੈਰ ਆਉਣ ਵਾਲਾ ਸਮਾਂ ਦੱਸੇਗਾ ਔਰ ਅਸੀਂ ਤੁਹਾਨੂੰ ਅਪਡੇਟ ਦੇ ਦੇਵਾਂਗੇ। ਚੰਗੀ ਗੱਲ ਆ, ਹੋ ਗਿਆ ਤਾਂ ਚੰਗੀ ਗੱਲ ਆ, ਕੋਈ ਮਾੜੀ ਗੱਲ ਨਹੀਂ ਹੈ। ਚਲੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਜੀ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਸ਼ੁਰੂ ਦੇ ਵਿੱਚ ਇੱਕ ਕੁਐਸਚਨ ਮਾਰ ਕੀਤਾ ਸੀ ਕਿ ਇੰਨੀ ਦੇਰ ਹੋ ਗਈ ਆ ਜੀ ਜੀ ਜੀ, ਤੇ ਇਹ ਮੁੱਦੇ ਦੇ ਉੱਤੇ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਹੁਣ ਕਿਉਂ? ਜੀ ਜੀ, ਉਹਦੀ ਰੀਜ਼ਨ ਮੈਂ ਇਹ ਦੇਖਦਾ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਜੀ, ਜਿਹੜੇ ਕਾਂਗਰਸ ਦੇ ਹੈਗੇ ਆ, ਬੀਜੇਪੀ ਦੇ, ਉਹ ਕਾਂਗਰਸ ਨੂੰ ਦੋਸ਼ ਦਿੰਦੇ ਕਿ ਕਾਂਗਰਸ ਉਸ ਟਾਈਮ ਤੇ ਪਾਵਰ ਵਿੱਚ ਸੀ। ਜੀ 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 ਜੀ, ਜਿਹੜੇ ਬੀਜੇਪੀ ਦੇ ਆ ਉਹ ਕਾਂਗਰਸ ਦੇ, ਉਹ ਕੋਈ ਗੱਲ ਨਹੀਂ ਲੈਣ ਨੂੰ ਤਿਆਰ। ਮਗਰ ਦੇਖਿਆ ਜਾਵੇ ਜਿਸ ਵੇਲੇ ਜਦੋਂ ਜੈਨੋਸਾਈਡ ਹੋਈ ਸੀਗੀ ਉਸ ਟਾਈਮ ਤੇ, ਉਹ ਇਹ ਨਹੀਂ ਸੀਗਾ ਕਿ ਦੋਸ ਪੀਪਲ ਜਿਹੜੇ ਨੇ ਦੰਗੇ ਫਸਾਦ ਕੀਤੇ ਆ, ਦੇ ਵਰ ਕਾਂਗਰਸੀ ਜੀ, ਦੇ ਵਰ ਹਾਰਡ ਲਾਈਨਰ ਹਿੰਦੂਸ ਜੀ 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 ਜੀ, ਦੇ ਕੁਡ ਬੀ ਬਿਲੋਂਗਿੰਗ ਟੂ ਬੀਜੇਪੀ, ਦੇ ਕੁਡ ਬੀ ਬਿਲੋਂਗਿੰਗ ਟੂ ਕਾਂਗਰਸ, ਕੋਈ ਵੀ ਹੋ ਸਕਦੇ ਸੀਗੇ, ਐਕਸ ਵਾਈ ਜ਼ੈਡ ਕੋਈ ਵੀ ਹੋ ਸਕਦੇ ਸੀਗੇ ਜੀ ਜੀ, ਕੋਈ ਵੀ ਹੋ ਸਕਦਾ ਜੀ ਜੀ ਜੀ, ਤੇ ਉਹ ਇਹ ਰੀਜ਼ਨ ਸੀ। ਫਿਰ ਜਿਹੜੇ ਜਿਹੜੀਆਂ ਪਾਵਰਸ ਵਿੱਚ ਹੁਣ ਕਾਂਗਰਸ ਜਾਂ ਬੀਜੇਪੀ ਪਾਵਰ ਜਦੋਂ ਆਈ ਆ ਇਸ ਸਟੇਟ ਵਿੱਚ ਜਾਂ ਸੈਂਟਰ ਦੇ ਵਿੱਚ, ਉਹ ਦੇ ਕੁਡ ਨੋਟ ਬ੍ਰਿੰਕ ਟੂ ਟਾਸਕ ਦੀਸ ਪੀਪਲ ਜੀ, ਜਿਹੜੇ ਕਲਪ੍ਰੇਟ ਸੀਗੇ, ਜਗਦੀਸ਼ ਟਾਈਟਰ ਵਗੈਰਾ, ਹਾਂਜੀ, ਇਹਨਾਂ ਨੂੰ, ਕਿਉਂਕਿ ਇਹਨਾਂ ਦੇ ਪਿੱਛੇ ਗੁੰਡੇ ਤੇ ਇਹਨਾਂ ਦੇ ਪਿੱਛੇ ਵੋਟਾਂ ਸੀਗੀਆਂ ਜੀ, ਇਸ ਵਾਸਤੇ ਇਹਨਾਂ ਨੂੰ ਉਹ ਇੱਕ ਨੋਟ ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ ਜੀ ਜੀ। ਦੂਸਰੇ ਰੀਜ਼ਨ ਇਹ ਹੈਗੀ ਆ, ਹੁਣ ਇਸ ਵੇਲੇ ਕਿਉਂ ਕੀਤਾ ਕਿ ਇਸ ਵੇਲੇ ਜਿਹੜਾ ਪ੍ਰੈਸ਼ਰ ਬਹੁਤ ਪੈ ਚੁੱਕਾ ਇੰਟਰਨੈਸ਼ਨਲ ਲੈਵਲ ਤੇ ਵੀ, ਸਿੱਖਾਂ ਦੇ ਵਿੱਚ ਥੋੜੀ ਜਿਹੀ ਜਿਹੜੀ ਪੇਸ਼ੈਂਸ ਸੀਗੀ ਉਹ ਬਹੁਤ ਖਤਮ ਹੋ ਗਈ ਆ ਹੁਣ, ਉਹ ਕਹਿੰਦੇ ਕਿ ਵੀ ਮਸਟ ਗੈਟ ਸਮਥਿੰਗ ਆਊਟ ਆਫ ਜੋ ਕੁਛ ਸਾਡੇ ਨਾਲ ਹੋਇਆ। ਕਰੈਕਟ। ਤੀਸਰੀ ਗੱਲ, ਇਲੈਕਸ਼ਨ ਆ ਰਿਹਾ ਹੁਣ ਜੀ, 2020 ਦਾ ਮਸਲਾ ਆਇਆ, ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਲਰਸ ਮੈਂ ਦੇਖ ਪਾ ਰਿਹਾ ਲਾਈਨ ਦੇ ਵਿੱਚ ਇਸ ਟਾਈਮ ਮੌਜੂਦ ਨੇ, ਤੁਸੀਂ ਕਾਲ ਨੂੰ ਕੱਟਿਓ ਨਾ ਜੀ, ਮੈਂ ਸਿਰਫ ਇੱਕ ਨਿੱਕੇ ਜਿਹੇ ਵਕਫਲੇ ਰੁਕ ਰਿਹਾ, ਪਾਣੀ ਦਾ ਘੁੱਟ ਭਰ ਲਓ, ਮੈਂ ਵੀ ਪਾਣੀ ਦਾ ਘੁੱਟ ਭਰ ਕੇ ਫਿਰ ਕਰਨੇ ਆਪਾਂ ਵਿਚਾਰ ਵਟਾਂਦਰਾ ਇਸ ਮਤਲਬ, ਸਿਰਫ ਨਿੱਕੇ ਜਿਹੇ ਵਕਫੇ ਲਈ।